ਇਹ ਉਹ ਰੰਗਲਾ ਪੰਜਾਬ ਜੀ ਦੀ ਰੋਜ਼ ਭਗਵੰਤ ਮਾਨ ਗੱਲ ਕਰਦਾ ਸੀ ਸਾਡਾ ਰੰਗਲਾ ਪੰਜਾਬ ਹੋਊਗਾ ਬਿਨਾਂ ਪੱਗਾਂ ਵਾਲਾ ਪੰਜਾਬ ਹੋਊਗਾ ਰਾਜ ਸਭਾ ਚ ਜਾ ਕੇ ਹੁਣ ਇਹ ਲੋਕ ਬੈਠਾ ਕਰਨਗੇ ਪਾਠਕ ਵਰਗੇ ਲੋਕ ਬੈਠਣਗੇ ਜਿਨ੍ਹਾਂ ਲੋਕਾਂ ਨੂੰ ਨਾ ਪੰਜਾਬੀ ਪਤਾ ਸੀ ਨਾ ਸਿੱਖੀ ਪਤਾ ਸੀ ਮੈਂ ਬਾਰ ਬਾਰ ਕਹਿੰਦਾ ਸੀਗਾ ਈਸਟ ਇੰਡੀਆ ਕੰਪਨੀ ਅਰਵਿੰਦ ਕੇਜਰੀਵਾਲ ਆ ਗਿਆ ਨਾ ਉਸੇ ਲਾਈਨ ਤੇ ਸੱਚਾਈ ਸਾਹਮਣੇ ਆ ਗਈ ਨਾ ਆ ਵੇਚ ਕੇ ਸਾਡੀਆਂ ਰਾਜ ਸਭਾ ਤੇ ਪੰਜਾਬ ਦੀ ਸਿੱਖੀ ਦੇ ਮੁੱਦੇ ਉਠਾਉਣ ਵਾਲੇ ਪੰਜਾਬ ਦੇ ਪੰਜਾਬੀਅਤ ਦੇ ਮੁੱਦੇ ਉਠਾਉਣ ਵਾਲੇ ਅੱਜ ਲੱਭਣੇ ਨੀ ਤੁਹਾਨੂੰ ਹੁਣ ਰਾਜ ਸਭਾ ਦੇ ਅੰਦਰ ਕਿੱਥੇ ਦਸਤਾਰਾਂ ਸਜਾ ਕੇ ਲੋਕ ਰਾਜ ਸਭਾ ਜਾਂਦੇ ਸੀ ਪੰਜਾਬ ਦੀ ਹੈਸੀਅਤ ਨੂੰ ਉੱਚਾ ਦੱਸਦੇ ਸੀ ਅੱਜ ਅਰਵਿੰਦ ਕੇਜਰੀਵਾਲ ਕੋਲ ਇੱਕ ਪੰਜਾਬੀ ਔਰ ਪੰਜਾਬ ਦਾ ਆਦਮੀ ਨਹੀਂ ਬਚਿਆ ਜਿਹਨੂੰ ਰਾਜ ਸਭਾ ਚ ਭੇਜ ਪਾਵੇ ਔਰ ਅੱਜ ਇਹ ਰੰਗਲਾ ਪੰਜਾਬ ਆ ਪੱਗਾਂ ਲਾ ਕੇ ਰੰਗਲਾ ਪੰਜਾਬ ਆ ਮੁਬਾਰਕ ਆ ਭਗਵੰਤ ਮਾਨ ਜੀ ਤੁਹਾਡੇ ਇਸ ਰੰਗਲੇ ਪੰਜਾਬ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫਾਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਧੰਨਵਾਦ